ਪ੍ਰਸਾਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਪੰਗੇ ਜੁਗਾ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੇ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਣ ਦਾ ਦਾਨ ਪਿਆਰੇ ਖਾਲਸਾ ਪੰਥ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਵਾਹਿਗੁਰੂ ਨਤਾਣਿਆਂ ਦੇ ਤਾਣ ਵਾਹਿਗੁਰੂ ਨਿਉਟਿਆਂ ਦੀ ਓਟ ਸੱਚੇ ਪਿਤਾ ਆਪ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਪ ਜੀ ਦੇ ਮਹਾਨ ਪਵਿੱਤਰ ਸੱਚਖੰਡ ਅਸਥਾਨ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਜੋਦੜੀ ਹੈ ਸਤਿਗੁਰੂ ਜੀ ਆਪ ਜੀ ਦੀ ਅਪਾਰ ਬਖਸ਼ਿਸ਼ ਰਹਿਮ ਸਦਕਾ ਸੰਧਿਆ ਵੇਲੇ ਤੋਂ ਲੈ ਕਰਕੇ ਇਸ ਵਕਤ ਤੱਕ ਸੁੰਦਰ ਦੀਵਾਨ ਸਜੇ ਹਨ ਸਜਿਆ ਹੈ ਦੀਵਾਨਾਂ ਦਰਾਜ ਦੀ ਪਵਿੱਤਰ ਅੰਮ੍ਰਿਤਮਈ ਬਾਣੀ ਸ੍ਰੀ ਆਰਤੀ ਸਾਹਿਬ ਦੀ ਪਾਠ ਕੀਤੇ ਗਏ ਨੂੰ ਉਪਰੰਤ ਆਪ ਜੀ ਦੇ ਪਵਿੱਤਰ ਇਲਾਹੀ ਬਾਣੀ ਦੇ ਸ਼ਬਦ ਕੀਰਤਨ ਹੋਏ ਹਨ ਗੁਰਮਤਿ ਵਿਚਾਰਾਂ ਸ੍ਰੀ ਆਨੰਦ ਸਾਹਿਬ ਦੀ ਪਾਠ ਜੀ ਕੀ ਅਰਦਾਸ ਹੈ ਜੀ ਬਾਣੀ ਪੜ੍ਹਦੇ ਹਾਂ ਸੁਣਦੇ ਹਾਂ ਆਪ ਦੀ ਬੱਚੀਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਅਗੋਂਵਾਸ ਦੇ ਸਮੱਤ ਬਖਸ਼ਿਸ਼ ਕਰਨੀ ਧੁਰ ਕੇ ਬਾਣੀ ਆਏ ਤਿੰਨ ਸਗਲੇ ਚਿੰਤ ਮਿਟਾਏ ਦਿਆਲ ਪੁਰਖ ਮਿਹਰਬਾਨਾ ਹਰਿ ਨਾਨਕ ਸਾਚ ਵਖਾਨਾ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਇਸ ਜੀਵੜ ਅਵਰ ਨਾ ਕੋਏ ਐਸੇ ਦੀਨ ਦਿਆਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੇ ਪਾਵਨ ਪਵਿੱਤਰ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਵਾਸ ਚੱਲ ਰਹੇ ਹਨ ਇਲਾਹੀ ਕੀਰਤਨ ਦਰਬਾਰ ਸਜਾਏ ਗਏ ਪਾਤਸ਼ਾਹ ਜੀਓ ਬੇਅੰਤ ਸੰਗਤਾਂ ਹਾਜ਼ਰੀਆਂ ਭਰੀਆਂ ਕਿਰਪਾ ਕਰਨੀ ਸਮੂਹ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ ਕਾਰਜ ਰਾਸ ਕਰਨੇ ਸੀਸ ਤੇ ਆਪਣਾ ਮੀਰ ਪਤ ਰੱਖਣਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੇ ਪਵਿੱਤਰ ਚਰਨਾਂ ਕਮਲਾਂ ਵਿਖੇ ਆਪ ਦੀਆਂ ਸੰਗਤਾਂ ਗੁਰਸਿੱਖ ਬੱਚੇ ਅਰਦਾਸ ਬੇਨਤੀ ਕਰ ਰਹੀਆਂ ਹਨ ਜੋ ਕਿ ਆਪ ਜਾਣੀ ਜਾਣ ਪਾਤਸ਼ਾਹ ਜੀ ਕਿਰਪਾ ਕਰਨੀ ਸੰਗਤਾਂ 'ਚ ਵਿਪਤਾ ਬਣੀ ਹੈ ਜੋ ਮੁਸ਼ਕਿਲ ਬਣੀ ਆਪ ਜੀ ਕਿਰਪਾ ਕਰਕੇ ਅੰਗ ਸੰਗ ਹੋ ਕੇ ਅੰਗ ਸੰਗ ਸਹਾਈ ਹੋਣਾ ਆਪ ਕਿਰਪਾ ਕਰਕੇ ਮੁਸ਼ਕਿਲਾਂ ਦੀ ਆਸਾਨੀਆਂ ਪੈਦਾ ਕਰੋ ਕਿਰਪਾ ਕਰਨੀ ਹਰ ਮੈਦਾਨ ਹਰ ਦੀਵਾਨ ਫਤਿਹ ਬਖਸ਼ ਕਰਨਾ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨਾ ਭੁੱਲਾਂ ਚੁੱਕਾਂ ਬੇਦਬੀਆਂ ਦੀ ਮਾਫ਼ੀ ਬਖਸ਼ਣੀ ਅਗੋਂ ਵਾਸਤੇ ਸਮੱਤ ਬਖਸ਼ਿਸ਼ ਕਰਨੀ ਅਰਦਾਸ ਬੇਨਤੀ ਹੈ ਸਰਬਜਾ ਦਰਕਰ ਦੇ ਸੇਵਕ ਕਾਕਾ ਗੁਰਲੀਨ ਸਿੰਘ ਜੀ ਅਰਦਾਸ ਬੇਨਤੀ ਕਰਵਾ ਰਹੇ ਹਨ ਦੇ ਅਰੋਗਤਾ ਤੰਦਰੁਸਤੀ ਬਖਸ਼ਿਸ਼ ਕਰਨੀ ਭਾਈ ਮਾਨ ਸਿੰਘ ਜੀ ਅਰਦਾਸ ਬੇਨਤੀ ਕਰਦੇ ਤਿੰਨਾਂ ਵੱਲੋਂ ਰੱਖੇ ਗਏ ਸਹਿਜ ਪਾਠ ਮੱਧ ਵਿੱਚ ਆਏ ਹਨ ਕਿਰਪਾ ਕਰਨੀ ਸ਼ੁੱਧ ਅਤੇ ਸਪੱਸ਼ਟ ਬਾਣੀ ਪੜ੍ਹਨ ਦੀ ਸਮਰੱਥਾ ਬਲ ਬੁੱਧੀ ਬਖਸ਼ਿਸ਼ ਕਰਨੀ ਭਾਈ ਜਸਵੰਤ ਸਿੰਘ ਹਰਮੀਤ ਸਿੰਘ ਸਹਿਤ ਪਰਿਵਾਰ ਅਰਦਾਸ ਬੇਨਤੀ ਕਰਦੇ ਹਨ ਸ਼ੁਕਰਾਨੇ ਵਜੋਂ ਅਰਦਾਸ ਬੇਨਤੀ ਕਰਵਾਉਣ ਕਿਰਪਾ ਕਰਨੀ ਸੀਸ ਤੇ ਆਪਣਾ ਮੀਰ ਪ੍ਰਤ ਰੱਖਣਾ ਚੜ੍ਹਦੀਆਂ ਕਲਾਵਾਂ ਬਖਸ਼ਿਸ਼ ਕਰਨਾ ਸਿੰਧੀ ਸੇਵਕ ਭਾਈ ਈਸ਼ਰ ਲਾਲ ਜੀ ਬੀਬੀ ਸਪਨਾ ਜੀ ਅਰਦਾਸ ਬੇਨਤੀ ਕਰਵਾ ਰਹੇ ਹਨ ਕਿਰਪਾ ਕਰਨੀ ਸਤਿਗੁਰੂ ਜੀ ਗ੍ਰਹਿ ਵਿਖੇ ਸੰਤਾਨ ਦੀ ਦਾਤ ਬਖਸ਼ਿਸ਼ ਕਰਕੇ ਖੁਸ਼ੀਆਂ ਖੇੜੇ ਬਖਸ਼ਣੇ ਸੀਸ ਤੇ ਆਪਣਾ ਮੀਰ ਪ੍ਰਤ ਰੱਖਣਾ ਆਪ ਜੀ ਦੇ ਹਜ਼ੂਰ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਸਮੂਹ ਸੰਗਤਾਂ ਵੱਲੋਂ ਕੜਾ ਪੁਰਸ਼ਾ ਹੀ ਦੇਖ ਸਕਦੇ ਹਾਜ਼ਰ ਹੈ ਦਰ ਪ੍ਰਵਾਨ ਹੋਏ ਪ੍ਰਵਾਨ ਹੋਇਆ
ਪ੍ਰਸ਼ਾਦ ਸੰਗਤਾਂ ਉਤਾਉਣ ਦੀ ਆਗਿਆ ਬਖਸ਼ੋ ਜੀ। ਜਿਨ੍ਹਾਂ ਜਿਨ੍ਹਾਂ ਗੁਰੂ ਪ੍ਰੇਮੀਆਂ ਵੱਲੋਂ ਕੜਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ, ਸਮੂਹ ਸੰਗਤਾਂ ਟਹਿਲੀਆਂ ਦੀ ਅਰਦਾਸ ਆਪਣੇ ਦਰ ਘਰ ਵਿਖੇ ਪ੍ਰਵਾਨ ਕਰਨੀ। ਕਿਰਪਾ ਕਰੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪਣੇ ਪਵਿੱਤਰ ਫਰਮਾਨ ਬਖਸ਼ੋ ਜੀ। ਸਹੀ ਪਿਆਰੇ ਗੁਰਮੁਖ ਮੇਲਣੇ ਜਿਨ੍ਹਾਂ ਮੇਰਿਆਂ ਆਪ ਜੀ ਦਾ ਨਾਮ ਚਿਤਿਆ ਵਾ, ਸੁਖ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਵੇ ਚਲਾਇਓ, ਸਭ ਸਿਖਨ ਕਾ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ। ਜੋ ਪ੍ਰਭ ਕੋ ਮਿਲਵੋ ਚਹੈ ਖੋਜ ਸ਼ਬਦ, ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੁਆਰ ਹੋਏ। ਸਭ ਮਿਲਾਂਗੇ ਬਚੇ ਸ਼ਰਨ ਜੋ, ਕੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਵਾਹਿਗੁਰੂ ਸਾਹਿਬ ਜੀਆ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਤਤਸਾਹਿਤ ਜਪ ਆਦਿ ਸਤ ਜੁਗਾਦ ਸਤ ਹੈ ਪੀ ਸਚ ਨੋਸੀ ਪੀ ਸਤ ਆਓ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਗਾਵੋ ਗੁਰੂ ਕੇਰੀ ਬਾਣੀ ਆਸਿਰ ਬਾਣਾ ਸਮਾਣੀ ਪੀਵੋ ਅੰਮ੍ਰਿਤ ਸਦਾਰਉ ਹਰ ਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਅੰਦਰ ਸੱਚਾ ਨਿਹੋ ਲਾਇਆ ਪ੍ਰੀਤਮ ਆਪਣਾ ਧਨ ਮਨ ਹੋਏ ਨਿਹਾਲ ਜਾਂ ਗੁਰ ਦੇਕਾ ਸਾਹਮਣੈ ਸੋ ਕਹੋ ਟਲ ਗੁਰ ਸੇਵੀਐ ਸਹਿਜ ਸੁਪਾਈ ਦਰਸ਼ਨ ਪਾਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਮੁਰ ਅਰਸੋਂ ਪੁਰਸੋਂ ਛੱਟੀਐ ਤੁਧ ਡਿਟੈ ਸੱਚੀ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਮ ਦੀ ਸ਼ਾਹੂ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਤੀਜਾ ਕਰ ਦੂਜਾ ਚੋਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹੋ ਤਨ ਅਖੁੱਟ ਨ ਨਿਕੁੱਠ ਨ ਜਾਏ ਪੂਰਾ ਸਤਿਗੁਰ ਦੀਆ ਦਿਖਾਏ
सतगुर को साध बल जाए गुर कृपा ते हर मन वसाए इहो तन अखुट न निखुट न जाए पूरा सतगुर दिया दिखाए अपने सतगुर को साध बल जाए गुर कृपा ते हर मन वसाए से तनवंत हर नाम लिवलाए गुर पूरा हर तन प्रगासिया हर कृपा ते वसै मन आए रहाउ अवगुण काट गुण हृदय समाए पूरे गुर का सहज सुपाए पूरे गुर की साचे बाणी सुख मन अंतर सहज समाणी एक आचार्य जान देखो पाए दुविधा मार हर मन वसाए नाम अमूलक न पाया जाए गुर प्रसाद वसै मन आए सब मह वसै प्रभ एको सोए गुरमते घट परगट होए सहजे जिन प्रभ जान पछाणिया नानक नाम मिलै मन मानिया सब मह वसै प्रभ एको सोए गुरमते घट परगट होए सहजे जिन प्रभ जान पछाणिया नानक नाम मिलै मन मानिया वाहिगुरु जी का खालसा वाहिगुरु जी की फतेह सतनाम वाहिगुरु सतनाम वाहिगुरु सतनाम वाहिगुरु सतनाम वाहिगुरु सत कृपा करो कह रहे हो सतनाम वाहिगुरु सतनाम वाहिगुरु सत सतनाम वाहिगुरु सतनाम वाहिगुरु सतनाम सतनाम वाहिगुरु सतनाम वाहिगुरु सतनाम वाहिगुरु जी का खालसा वाहिगुरु जी की फतेह। सतगुरु जी की पवित्र हजूरी विखे सवाईमान गुरु खालसा सत संगत जी आप समूह संगतां वड्डे भागां वाले हो जो काफ़ी समय तो गुरु साहब की पवित्र हजूरी सच के इलाही बाणी का लाहा प्राप्त कर रहे हो। अज की इस विशेष दीवान अंदर
जो साढ़े अति सत्कार योग पंथ के प्रसिद्ध कीर्तनी है भाई सुरजीत सिंह जी, भाई अजय सिंह जी, भाई सरफराज जी जो जथियां समेत ननकाणा साहब की पवित्र धरती से पहुंचे हैं। इलाही कीर्तन द्वारा संगतों निहाल किया है, सो स्टेज वालों ननकाणा साहब दी समूह संगतों वालों तिना का अत्यंत धन्यवाद किया जाता है। गुरु साहब कृपा करन ते इन्हां नूं चढ़दी कलां बख्शिश कर, इसे तरह ही कीर्तन द्वारा संगतां दी सेवा करदे रहन। इस तों इलावा अज दे इस विशेष कीर्तन दरबार अंदर जो समर्पित है धन धन साहिब श्री गुरु ग्रंथ साहिब जी महाराज दे पहले प्रकाश परम समर्पित जो साढ़े पाकिस्तान तों चेचे पुराने अज साढ़े नाल इत्थे संगत विच शामिल हन, जिन्हां दे विच साढ़े अति सत्कार योग साई मियां मीर जी के गद्दी नशीन भाई अली राजा अली रजा जी वह भी इतने बैठे हैं, तिना का बहुत बहुत धन्यवाद जी आखते हैं। इस तो इलावा कराची तो आए भाई बिशप नज़ीर आलम जी, तिना भी जी आखते हैं, तिना का बहुत बहुत धन्यवाद। इन्हें संगत की जो सेवा कर रहे हैं साढ़े गुरसिख वीर भाई सनी सिंह जी हंगू तो जो इन्होंने संगतों के नाल पहुँचे हैं ननकाणा साहब, तिना ने जी आनू आखते हैं, तिना का बहुत बहुत धन्यवाद। जो होर सा इन्हों के नाल होर पुराने पहुँचे हैं इतने बैठे दीवान सब का तह दिल धन्यवाद करते हैं जी आनू आखते हाँ। सो प्यारी साध सिंह जी कुछ बेनती हैं, काफ़ी संगत जो घर चली भी गई है लेकिन जो संगत बैठी हजे काफ़ी संगत मौजूद है गुरु दरबार के, सो कृपा करके जो कल के प्रोग्राम होने बारे तुम जरूर अपने होर संगत के नाल भी शेयर करना, जो कल के प्रोग्राम साढ़े इस प्रकार हैं। कल के अमृत वेले जो प्रोग्राम का वेरवा है जी शुरुआत गुरुद्वारा सिंह पट्टी साहब तो होगी, पौने चार तो लैके साढ़े चार तक पंजा बाणी के नितिन साहब के पाठ होगी गुरद्वारा पट्टी साहब विखे, और साढ़े चार तो लैके पाँच बजे तक आसे दीवार के शब्द कीर्तन गुरद्वारा पट्टी साहब विखे हो गए। पाँच बजे धन धन साहब श्री ग्रंथ साहिब महाराज का प्रकाश होएगा, लगभग सवा पाँच बजे समाप्ति की अरदास होएगी। सो बेनती है गुरु घर के वजीर भाई हरभजन सिंह जी और प्रबंधकों वालों कि संगतों के चरण च बेनती है कि समय सिर पहुँचने की कृपालता करनी जी। उस तो उपरंत लगभग साढ़े पाँच तो लैके सवा छे बजे तक जो गुरमत समागम प्रोग्राम होएगा वह गुरद्वारा श्री बालसा विखे होएगा। गुरद्वारा श्री बालसा की समाप्ति उपरंत संगतों वास्ते प्रबंधकों वालों लंगर की सेवा थी होएगी। गुरद्वारा बालिया साहब की समाप्ति उपरंत लगभग साढ़े छे बजे के करीब समूह संगत नगर कीर्तन के रूप के गुरद्वारा पट्टी साहब बालिया साहब चौक तो गुरद्वारा जन्म स्थान ननकाणा साहब इतने पहुँचेगी। उपरंत इतने प्रकाश की सेवा होने तो बाद हर साल की तरह संगति रूप के श्री सुखमनी साहब के पाठ होंगे, उस तो उपरंत जो श्रीखंड पाठ साहब के परिवार चल रहे हैं श्रीखंड पाठ साहब की समाप्ति भी होनी है। सो मुकम्मल समाप्ति तो बाद आप संगतों के सहयोग के नाल ही जो लंगर की सेवा है लंगर चलेगा, गुरबा थोड़ा लंगर वरतेगा। सो बेनती है उस संगतों के चरणों विखे कि वध तो वध संगत अमृत वेले दीवान विच भी हाजरी भरन की कृपालता करन जी। हुण बेनती है कि संगतों वास्ते गुरु का लंगर तैयार है, कृपा करके लंगर छकण तो उपरंत जाण की कृपालता करनी। सो असी धन्नवाद करते हाँ इस सारे प्रोग्राम के साढ़े नाल सहयोग है पाकिस्तान गुरुद्वारा प्रबंधक कमेटी ए टी बी बोर्ड इतों की लोकल गौरमेंट इन्ह सारे का धनवाद, ननकाणा साहब की समूह संगत का धनवाद जो बहुत सहयोग दे रही है। गुरु पातशाह कृपा कर समूह संगतान चढ़ती कला जीवन बख्शिश कर। सो बेनती है कि जिन्ना वीर गुरु प्यार ने हजे तक इस प्रोग्राम संबंधी खर्चे वास्ते यंग सिंह सेवा सोसायटी में अजय सेवानामा जी नहीं जमा कराई, सो कृपा करके साढ़े वीर खड़े हैं स्टेज पर, सो कृपा करके लंगर होर जो खर्चे हो रहे हैं उन्होंने वास्ते कृपा करके आप संगत स्टेज के उत्ते साढ़े वीर खड़े उन्होंने लाजमी इन्हों की जोड़े है सेवा को जमा कराने की कृपालता करो। कल भी संगत ने
काफ़ी सब सेवा जमा कराई सी। सो जो संगत जड़िया रिंदियां ने जिन्हें जिन्हें तक जिन्होंने सेवा नहीं जमा कराई, कृपा करके वो इन्होंने वीर लाजमी सेवा जमा कराने की कृपालता करो जी। सो बेनती है मरदाना जी फाउंडेशन वालों भाई सनी सिंह जी जो हंगू तो आए हैं वो यंग सिंह सोसायटी के वीरों जो है भाई हरबीर सिंह सम्मान करेंगे। सो बेनती है तेनाल स्टेज पर आन और अपना सम्मान प्राप्त कर। हरबीर सिंह जी बेनती है कि आके स्टेज पर अपना सम्मान लें भाई सनी सिंह। बोले सोनिहाल सम्मान करेंगे भाई नईम जी। सो बेनती है भाई नईम जी ने कि वह अपना सम्मान प्राप्त कर भाई साहब को। भाई मरदाना जी के अंश चो और भाई लाल जी के बेटे भाई नईम जी इन्होंने सम्मान कर रहे हैं। साहिब मियां मीर जी बहुत बहुत धन्यवाद इन्हों का बेनती है कि उन्हें आके अपना सम्मान प्राप्त कर जी भाई अली रजा तो। सात संग जी आप संगत जानकारी हुई कि बहुत वड्डी शान साडी साडे गुरु साहब जी साईं मियां मीर जी के नाल जिन्होंने सचखंड श्री हरिमंदर साहब का नींह पत्थर रखिया एक बहुत वड्डी शान सिख मुस्लिम दोस्ती की। सो तिना वालों सम्मान किया जा रहा है। ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਜਿਠੇ ਸਭ ਜਾਏ ਤੇ ਬਹਾਦਰ ਸਿੰਘ ਰਿਆ ਘਰ ਨਾਮ ਧਿਆਵੈ ਧਾਈ ਸਭ ਥਾਈ ਹੋਏ ਸਹਾਇਤ ਸਿੰਘ ਪਾਤਸ਼ਾਹ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਪੰਥ ਦੇ ਵਾਲੀ ਮੁਕਤੀ ਦਾ ਉੱਤੇ ਸਭ ਥਾਈ ਹੋਏ ਸਹਾਇਤ ਸਿੰਘ ਪਾਤਸ਼ਾਹ ਜੀ ਆਤਮਿਕ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਠਗਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਹਿਰਨ ਮਾਣੀਆਂ ਦੀ ਮਾਣ ਤਾਣੀਆਂ ਦੀ ਤਾਣੀ ਉੱਠੀਆਂ ਦੀ ਕੋਟ ਧੰਨ ਧੰਨ ਸਭ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਦੇ ਪੁੱਤਰ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਸਲੀ ਆਪ ਜੀ ਦੇ ਪਵਿੱਤਰ ਦੀਵਾਨ ਦੀ ਸਮਾਪਤੀ ਹੋਈ ਹੈ। ਸੋਹਲੇ ਸਾਹਿਬ ਦੀ ਬਾਣੀ ਪੜ੍ਹੀ ਪਾਤਸ਼ਾਹ ਦੀ ਬਾਣੀ ਪੜ੍ਹਦੀਆਂ ਸੇਵਾ ਕਰਦੀਆਂ ਦੇ ਬੱਚਿਆਂ ਪਾਸਾ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫੀ ਬਖਸ਼ ਕਰਨਗੇ ਦੇ ਸੰਮਤ ਬਖਸ਼ਣੀ ਸੀਸ ਤੇ ਆਪਣਾ ਮਿਹਰ ਪ੍ਰਤਖਣਾ ਅੰਗ ਸੰਗ ਹੋ ਗਿਆ ਸਹਾਈ ਹੋਣਾ ਕਿਰਪਾ ਕਰੋ ਧੰਨ ਧੰਨ ਸਾਹਿਬ ਸ੍ਰੀ ਖੁੱਲੇ ਦਰਸ਼ਨ ਦੇ ਕੇ ਨਿਹਾਲ ਨਿਹਾਲ ਕਰਨਾ ਸੁੱਖ ਕਰਨਾ ਸਹੀ ਪਿਆਰੇ ਗੁਰੂ ਮੇਰੇ ਜਿੰਨਾ ਮਿਲਿਆ ਆਪ ਦੇ ਨਾਮ 'ਚ ਤਿਆਰ ਸੁੱਖ ਹੋਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿੱਥੇ ਜਾਏ ਪਹਿ ਮੇਰਾ ਸਤਿਗੁਰੁ ਜਿੱਥੇ ਜਾਏ ਪਹਿ ਮੇਰਾ ਸਤਿਗੁਰੁ ਸੋ ਜੇ ਸੋ ਥਨ ਸੋਹਾਵਾ ਰਾਮ
गुर सिखी सो थान पाया गुर थान पालया ले तुरमुख तुरमुख लावा ले तुरमुख तुरमुख लावा गुर सिखा की खाए पाई गुर आए पाए जिन हर नाम ते आवा नाम ते आवा जिन हर नाम ते आवा नाम ते आवा जिन हर सत गुरु